بانیان مجلس دے تکمیل مقاصد دی خاطر بلند صلوات کرو، اللہم صلی اللہ مرحومین دے درجات دی بلندی دی خاطر بلند صلوات پڑھو، اللہم صلی اللہ امام زمانہ پاک دی آمد دی خاطر کوشش کرو مل کے بلند صلوات پڑھو، اللہم صلی اللہ نعرہ تکبیر نعرہ رسالت ہاتھ بلند کر کے بلند آواز نال نعرہ حیدری یا علی علیہ السلام، سونی بلند صلوات پڑھو میں ذکر پاک، اللہم لے اللہ اجازت ہے میں نوکری شروع کر التماس سے دعا حضر. ما شاء الله ولا حول ولا قوة إلا بالله العلي العظيم. بسم الله الرحمن الرحيم. يا كاشف اکشف کربی بے حق اخی کل حسین یا با حجاب ام المصائب ادرکنی 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 فی سبیل اللہ، اللہم صلی علی محمد و آل محمد و اجل فرج آل محمد دو کٹھ ہوئے پتر حسین چائے تے وچ کربل دے میدان ہے ایک سہر والا چان قاسم دوجا سونے آندا بھلا ہوئی بھلا ہوئی بڑی مقبول روحانیت علی مجلس جوانیاں مانے زندگی دراز ہوئی دو لاشاں تیرے امام کربلا دے میدان اج بہو اوکیاں چاہیاں دو کٹھ ہوئے پتر حسین چاہے وچ کربل دے میدان ایک سہر والا چان قاسم دوجا سونے آندا سلطان آخری سطر میں پڑھ لئی تے سن لئی پوری زندگی درون واسطے کافی ہو ویسی ایک پتر غریب نے اینج چاہیا ہے جویں کاری چاہے کریا بھائی واہ واہ بھائی اجر کم اللہ اجر کم اللہ زندگی در حد ہوئے زندگی در حد ہوئے دو کٹھ ہوئے پتر حسین چاہے ویچ کربل دے میدان ایک سہر والا چان قاسم دوجا سونے آندا سلطان آخری صدر تے توجہ ضرور کرے ایک پتر غریب نے اینج چاہے جویں کار
ਆਇਆ ਨੇ ਦੂਜੇ ਪੁੱਤਰ ਕੋ ਚੈਨ ਦੇ ਢੇਲ ਲੱਗ ਗਈ ਵਾ ਪਿਓ ਬੁੱਢੜਾ ਪੁੱਤਰ ਅੱਲਾਹ ਅਕਬਰ ਭਲੋ ਵੀ ਵਹਿਣ ਕਰ ਕਰਾਉਣ ਵਾਲਾ ਭਲੋ ਵੀ ਮਾਤਮ ਕਰ ਕਰਾਉਣ ਵਾਲਾ ਅੱਲਾਹ ਤੇਰੇ ਪੁੱਤਰਾਂ ਜ਼ਿੰਦਗੀ ਤੇ ਰਾਜ਼ ਹੋਵੇ ਨੌਕਰਾਂ ਜਵਾਨੀਆਂ ਮਾਣੇ ਇੱਕ ਪੁੱਤਰ ਦੀ ਲਾਸ਼ ਕੋ ਇੰਜ ਚਾਏ ਜਿਵੇਂ ਕਾਰੀ ਚਾਏ ਕੁਰਾਨ ਦੂਜੇ ਪੁੱਤਰ ਕੋ ਚੈਂਦੇ ਢੇਲ ਲੱਗ ਗਈ ਵੋ ਪਿਓ ਬੁੱਢੜਾ ਪੁੱਤਰ ਜਵਾ ਸੋਹਣਾ ਇਸਤਕਬਾਲ ਕੀਤਾ ਮਾ ਸਾਹਿਬ ਦਾ ਬਾਣੀ ਮਜਲਿਸ ਮੁਹੰਮਦ ਅਲੀ ਦੀਆਂ ਧੀਆਂ ਅੱਜ ਤੇਰੀਆਂ ਮਹਿਮਾਨ ਚਾਚਾ ਸਾਈਂ ਪਹਿਲਾ ਵੈਣ ਕਰਕੇ ਆਦਾ ਬੈਠਾ ਹੱਕ ਬਣਦਾ ਹਾ ਤੈ ਕੁਸੇ ਰੇ ਪਵਾਂ ਹਾ ਮੈਂ ਥਾ ਤੁਲ ਹਨਕ ਵਲ ਹਾਏ ਹਾਏ ਦੂਆ ਵੈਣ ਕਰਕੇ ਆਦਾ ਬੈਠਾ ਹੱਕ ਬਣਦਾ ਹਾ ਨਾਨੇ ਦੀ ਸ਼ਕਲ ਲਹਾਵੇਂ ਤੈ ਕੋ ਸੋਹਣਾ ਕਫਨ ਪਵਾਵਾਂ ਹਾ ਪਰ ਬਾਬਾ ਡਾਂਡਾ ਗਰੀਬ ਹੋ ਗਏ ਜਿਹੜੇ ਮਾਤਮੀ ਬੈਠੋ ਸਹਿਣ ਦੀ ਦੁਆ ਦਾ ਅਸਰ ਕਫਨ ਤੇ ਗੁਰਬਤ ਦਾ ਨਾਮ ਆਇਆ ਖੈਮਾ ਦੇ ਦਰ ਤੇ ਅੱਜ ਦੀ ਭਜਵਾਲ ਭੈਣ ਬੋਲੀਏ ਆਦਿ ਰੋਂਦਾ ਕਿਉਂ ਆਏ ਭੈਣ ਦੀ ਚਾਦਰ ਹਾਜ਼ਰ ਵਾਂਜ ਪੁੱਤਰ ਅੱਲਾ ਤੇਰਾ ਮਾਤਮ ਕਬੂਲ ਅੱਲਾ ਤੇਰਾ ਮਾਤਮ ਕਬੂਲ ਫਰਮਾਵੇ ਮੈਂ ਤੇਰੀ ਆਦੀ ਭਜਵਾਲ ਭੈਣ ਆਏ ਭੈਣ ਦੀ ਚਾਦਰ ਹਾਜ਼ਰ ਹਈ ਵਾਂਜ ਪੁੱਤਰ ਕਫਾਨ ਪਵਾਏ ਮੈਂ ਜਾਣਦੀ ਨਹੀਂ ਬਚਣ ਦੇ ਮਿੰਨਤ ਹਮ ਸ਼ੀਰ ਤੇ ਲਾਏ ਅੱਜ ਸ਼ਾਮੀ ਆਲ ਕੇ ਲੁੱਟ ਗਏ ਨਸਨ ਤੁਹਾਡੀ ਭੈਣ ਦੀ ਪਾਕ ਰਦਾਏ ਆਖੇ ਅਕਬਰ ਕੋ ਤੇ ਕੋ ਕਫਨ ਪਵਾਇਆ ਤਡ ਪਾਲਣ ਵਾਲੀ ਮਾਂ ਅੱਲਾਹ ਸੁਭਾਨ ਅੱਲਾਹ ਅੱਛਾ ਜੇ ਰੋਵਣ ਤੇ ਦਿਲ ਬਣ ਗਈ ਫਜ਼ੈਲ ਨਹੀਂ ਪੜਦਾ ਮੂੰ ਸੋਹਣਾ ਪੁੱਤਰ ਆ ਹੁਸੈਨ ਦਾ ਅਲੀ ਅਕਬਰ ਜ਼ਮਾਨਾ ਪੁੱਛਿਆ ਮਿੱਟੀਆਂ ਤੇ ਬਹਿ ਕੇ ਧੀਆਂ ਬਹਿਣਾ ਨਾਲ ਲਾ ਕੇ ਰੋਂਦੇ ਕਿਉਂ ਚਾਚਾ ਸ਼ਰੀਫ ਧੀਆਂ ਉੱਥੇ ਗਿਣ ਵਹਿੰਦੇ ਨੇ ਜਿੱਥੋਂ ਨਿਭਦੀ ਨਾ ਹੋਏ ਜਵਾਨੀਆਂ ਮਾਣੇ ਕਰੀਬੀਆਂ ਦੀਆਂ ਖੁਸ਼ੀਆਂ ਗਮੀਆਂ ਤੇ ਵੀ ਧੀਆਂ ਬਹਿਣਾ ਕੋ ਨਾਲ ਨਹੀਂ ਗਿਣ ਵਹਿੰਦੇ ਜ਼ਮਾਨਾ ਪੁੱਛਿਆ ਸਾ ਡਸ ਗਿਆ ਰੋਂਦੇ ਈ ਵਸਤਿਆਂ ਪੂਰੀ ਜ਼ਿੰਦਗੀ ਵਿੱਚ ਧੀਆਂ ਪੇਕਿਆਂ ਕੋਲੋਂ ਕੁਛ ਮੰਗਣ ਨਾ ਮੰਗਣ ਦੋ ਮੌਕਿਆਂ ਤੇ ਦੋ ਚੀਜ਼ਾਂ ਜ਼ਰੂਰ ਮੰਗਦੀਆਂ ਨੇ ਈਦ ਆਵੇ ਧੀ ਈਦ ਮੰਗਦੀ ਹੈ ਮੌਤ ਆਵੇ ਧੀ ਕਫਨ ਮੰਗਦੀ ਹੈ ਕਿ ਗੁਰਬਤ ਸੁਣਾਵਾਂ ਅਲੀ ਦੀਆਂ ਧੀਆਂ ਦੀ ਈਦ ਆਈ ਬਾਬਾ ਮਾਰਿਆ ਗਿਆ ਮੌਤ ਆਈ ਕਫਨ ਦੀ ਵਾਰੀ ਆਏ ਪੇਕਾ ਰਿਹਾ ਹੀ ਕੋਈ ਨਾ ਪੇਕੇ ਮੁੱਗੇ ਜਵਾਨੀਆਂ ਮਾਣੇ ਈਦ ਆਈ ਜਿਹੜੇ ਮਿੱਟੀਆਂ 'ਤੇ ਬਹਿ ਕੇ ਧੀਆਂ ਭੈਣਾਂ ਨਾਲ ਲਾ ਕੇ ਰੋਂਦੇ ਨਾ ਇਸ ਰੋਵਣ ਦਾ ਪਤਾ ਤੁਹਾਕੋ ਕਬਰ 'ਚ ਲੱਗਸੀ ਜਿਤਨੇ ਉਲਮਾ ਮੁਜਤਹਿਦੀਨ ਮੌਜੂਦ ਨੇ ਇਹਨਾਂ ਦੇ ਉਸਤਾਦ ਗੁਜ਼ਰੇ ਨੇ ਆਕਾ ਦਰਬੰਦੀ ਕਿਤਾਬ ਇਸਰਾਰ ਸ਼ਹਾਦਤ 'ਚ ਲਿਖਦੇ ਨੇ ਜਿੱਦਾਂ ਮੋਮਿਨ ਮਰਦ ਹੈ ਸਭ ਤੋਂ ਪਹਿਲੇ ਨਬੀਆਂ ਦਾ ਸੁਲਤਾਨ ਆ ਕਿਹਾ ਮੁਬਾਰਕ ਹੋਵੇ ਮੈਂ ਮੁਹੰਮਦ ਤੇਰੀ ਸ਼ਿਫਾਤ ਵਕਤ ਇਹਦੇ ਬਾਅਦ ਮੇਰਾ ਮੁਰਸ਼ਿਦ ਅਲੀ ਆ ਕਿਹਾ ਦਾ ਮੋਮਿਨ ਮੁਬਾਰਕ ਹੋਵੇ ਮੈਂ ਅਲੀ ਵੀ ਤੇਰੀ ਸ਼ਿਫਾਤ ਵਾਸਤੇ ਆ ਗਿਆ ਆਕਾ ਦਰਬੰਦੀ ਲਿਖਦੇ ਨੇ ਜਦੋਂ ਮੈਂ ਪਲਟ ਕੇ ਵੇਦਨ ਕੌਣ ਹੈ ਹੁਸੈਨ ਦੀ ਮਾਂ ਹੈ ਇੱਕ ਹੱਥ ਪਾਸੇ ਰੋਂਦੀ ਆਉਂਦੀ ਹੈ ਟੁਰਦੀ ਆਉਂਦੀ ਹੈ ਅਲੀ ਆਦਨ ਦੀ ਮੁਹੰਮਦ ਦੀ ਦੋ ਜੋ ਆ ਗਿਆ ਸੀ ਇਹਦੀ ਸ਼ਿਫਾਤ ਵਾਸਤੇ ਤੁਸੀਂ ਕਿਉਂ ਆਇਓ ਮੇਰੀ ਸੈਣਾ ਦੀ ਯਾ ਅਲੀ ਇਸ ਮੋਮਿਨ ਦੇ ਮੇਰੇ ਤੇ ਵੱਡੇ ਅਹਿਸਾਨ ਹੈ ਇਹ ਮਿੱਟੀਆਂ ਤੇ ਬਹਿ ਕੇ ਮੇਰੇ ਗਰੀਬ ਹੁਸੈਨ ਨੂਰਨ ਇਸ ਭਲਾ ਵੀ ਭਲਾ ਵੀ ਭਲੋ ਅਜਰ ਤਾਂ ਮੁਹੰਮਦ ਦੀ ਧੀ ਦੇ ਸਕਦੀ ਬੜੀ ਮਕਬੂਲ ਰੂਹਾਨੀਅਤ ਅਲੀ ਮਜਲਿਸ ਮੈਂਬਰ ਹੁਸੈਨ ਤੇ ਖੜਾ ਬਹੁ ਸੋਹਣਾ ਪੁੱਤਰ ਆ ਹੁਸੈਨ ਦਾ ਅਲੀ ਅਕਬਰ ਜਾਂ ਇਵੇਂ ਚ ਪੜਾਂ ਸਦੀਆਂ ਤੋਂ ਪੁਰ ਅਮਨ ਤੇ ਜਾਂ ਸ਼ੀਆ ਕੌਮ ਦਾ ਜਾਰੀ ਹੈ ਕਿਆਮਤ ਤੱਕ ਜਾਰੀ ਰਹਿਣਾ ਕਿਸੇ ਦੀ ਦਿਲ ਆਜ਼ਾਰੀ ਵਾਸਤੇ ਨਹੀਂ ਜ਼ਮਾਨੇ ਕੋ ਹੱਕ ਨਜ਼ਰ ਆ ਵਣੇ ਸੰਨ 47 ਕੋ ਲੈ ਕੇ ਅੱਜ ਤੱਕ 1,35,000 ਸ਼ੀਆ ਸ਼ਹੀਦ ਕੀਤੇ ਗਏ ਕਿਹੜੇ ਜੋਰਾਂ ਮੇਂ ਸ਼ਹੀਦ ਕੀਤੇ ਗਏ
ਉਹਨਾਂ ਦੀਆਂ ਨਜ਼ਰਾਂ 'ਚ ਇਹ ਜੋਰਾਂ ਮੈਂ ਜਿਹੜਾ ਮਿੱਟੀਆਂ 'ਤੇ ਬਹਿ ਕੇ ਧੀਆਂ ਭੈਣਾਂ ਨਾਲ ਲਾ ਕੇ ਰੋਂਦਾ ਬੈਠਾ ਅਲੀ ਦੀਆਂ ਧੀਆਂ ਦੀ ਗੁਰਬਤ 'ਤੇ ਮੇਰੇ ਬਾਬਾ ਮਰਹੂਮ ਵਾਰੇ ਖਿਆਲ ਮੁਹੰਮਦ ਫਰਮਾਇੰਦੇ ਰਹਿੰਦੇ ਹਨ, ਮੁਸਲਮਾਨ ਦਿਲਾਂ 'ਤੇ ਆ ਗਏ ਪਰਦਾ ਗੱਲ ਵੱਖਰੀ ਹੈ, ਹੱਕ ਡੂਡਣ ਵਾਸਤੇ ਨਾ ਮਨਾਦਰਾਂ ਦੀ ਜ਼ਰੂਰਤ ਹੈ ਨਾ ਝਗੜਨ ਦੀ ਜ਼ਰੂਰਤ ਹੈ। ਫਰਮਾਇੰਦੇ ਰਹਿੰਦੇ ਹਨ ਫਕਤ ਹਿੱਕ ਜੁਮਲਾ ਹੀ ਕਾਫੀ ਹੈ, ਕਦੀ ਘਰ ਬਹਿ ਕੇ ਸੋਚਿਆ ਹੀ ਜਨਾਜ਼ਾ ਮੁਹੰਮਦ ਹੋਵੇ ਬੰਦੇ ਸੱਤ ਹੋਵੇ। ਹਰ ਬੰਦੇ ਤਵੱਜੋ ਹੀ ਨਹੀਂ ਕੀਤੀ ਗੱਲ ਸੋਚਣ ਵਾਲੀ ਹੈ ਨਾ, ਵਸਦਾ ਮਦੀਨਾ ਹੋਵੇ, ਲੱਖਾਂ ਦੀ ਤਾਦਾਦ ਹੋਵੇ, ਸਾਰੇ ਸਹਾਬੀ ਹੋਵੇ ਬੰਦੇ ਸੱਤ ਹੋਵੇ, ਜਨਾਜ਼ਾ ਮੁਹੰਮਦ ਦੀ ਧੀ ਜ਼ਹਰਾ ਦਾ ਹੋਵੇ ਬੰਦੇ ਨੌ ਹੋਵੇ, ਹਾਏ ਜਨਾਜ਼ਾ ਹਸਨ ਦਾ ਹੋਵੇ ਕਫਨ ਦੋ ਹੋਵੇ, ਜਨਾਜ਼ਾ ਹੁਸੈਨ ਦਾ ਹੋਵੇ ਚਾਵਣ ਵਾਲਾ ਕੋਈ ਨਾ ਹੋਵੇ, ਪੜ੍ਹਨ ਵਾਲਾ ਹੀ ਕੋਈ ਨਾ ਹੋਵੇ, ਰੋਂਦੇ ਹੀ ਵਸਤਿਆਂ ਚਾਦਰ ਸੈਯਦਾ ਜ਼ੈਨਬ ਦੀ ਹੋਵੇ, ਨੇਹਦਾ ਸ਼ਿਮਰ ਦਾ ਹੋਵੇ। ਅੱਲਾਹ ਅਕਬਰ, ਅੱਲਾਹ ਅਕਬਰ, ਭਲਾ ਵੀ ਉਹ ਵਹਿਣ ਕਰਕੇ ਰੋਣ ਵਾਲਾ, ਭਲਾ ਵੀ ਉਹ ਮਾਤਮ ਕਰਕੇ ਰੋਣ ਵਾਲਾ, ਬਹੁਤ ਸੋਹਣਾ ਪੁੱਤਰ ਆ ਹੁਸੈਨ ਦਾ ਅਲੀ ਅਕਬਰ, ਜਿਹੜਾ ਸੋਹਣਾ ਹਾ ਐਡਾ ਔਖਾ ਲੱਥ। ਇਜਾਜ਼ਤ ਹੋਵੇ ਸਾਦਾਤ ਗੈਰ ਸਾਦਾਤ ਦੀ ਇੱਕ ਜੁਮਲੇ ਹੀ ਦੱਸਾ ਛੋੜਾ, ਕਿਹੜਾ ਸੋਹਣਾ ਪੁੱਤਰ ਆ ਹੁਸੈਨ ਦਾ ਅਲੀ ਅਕਬਰ। ਅਲਾਮਾ ਹੁਸੈਨ ਬਖ ਜਾੜਾ ਲਿਖਦੇ, ਜਿੱਦਾਂ ਸਈਦਾਂ ਦਾ ਲੁੱਟ ਹੋਇਆ ਕਾਫਲਾ, ਸ਼ਾਮ ਦੇ ਬਾਹਰ ਤਰੇ ਦਾ ਰੁੱਖ ਰੇ, 24 ਈਸਾਈ ਔਰਤਾਂ ਆਈਆਂ ਕੈਦੀਆਂ ਦਾ ਤਮਾਸ਼ਾ ਵੇਖਣ, ਪਰ ਕੁਰਬਾਨ ਵਾਂ ਜਦੋਂ ਸੰਘ ਅਤੇ ਸਰ ਡਿੱਠੇ ਨੇ, ਕਰਬਲਾ ਦੇ ਨਵਾਬ ਦਾ ਸਰ ਵੇਖ ਕੇ ਦਿਨ ਮੁਸਲਮਾਨ ਤਾਂ ਦਿਨ ਬਾਗੀ ਮਰਾਏ, ਝੂਠ ਬੁਲੈਂਦੇ ਨੇ ਅੱਜ ਸਰ ਵੇਖ ਕਿਵੇਂ ਪੈ ਲੱਗਦਾ, ਮੁਸਲਮਾਨ ਕਹਿ ਨਬੀ ਆ ਕਹਿ ਇਮਾਮ ਦਾ ਘਰ ਹੋ ਜਾ, ਸਰ ਵੇਦੀਆਂ ਦੀਆਂ ਰੋਂਦੀਆਂ ਆਉਂਦੀਆਂ, ਅਲੀ ਅਸਗਰ ਦੇ ਸਰ ਕੋਲ ਆ ਗਿਆ ਦਿਨ ਮੁਸਲਮਾਨ ਦਾ ਦਿਨ ਜੰਗ ਹੋਈ ਹੈ, ਝੂਠ ਬੁਲੈਂਦੇ ਨੇ ਅੱਜ ਸਰ ਵੇਖ ਕਿਵੇਂ ਪੈ ਲੱਗਦਾ, ਕਰਬਲਾ ਜੰਗ ਨਹੀਂ ਹੋਈ ਕਰਬਲਾ ਜ਼ੁਲਮ ਹੋਇਆ ਹੈ। ਇਹ ਬੱਚਾ ਮਾਂ ਨੂੰ ਮਾਂ ਹੁੰਦਾ ਸਾਵਾਂ, ਕਿਹੜਾ ਸੋਹਣਾ ਪੁੱਤਰ ਆ ਹੁਸੈਨ ਦਾ ਅਲੀ ਅਕਬਰ, ਜ਼ਿੰਦਗੀ ਦਾ ਰਾਜ਼ ਹੋਵੇ। ਅਲਾਮਾ ਲਿਖਦੇ ਨੇ ਇੱਕ ਜ਼ਈਫ ਔਰਤ ਅਲੀ ਅਕਬਰ ਦੇ ਸਰ ਤਲੇ ਆ ਕੇ ਪਹਿਲੇ ਰਜ ਰੋਨੇ ਵੱਧ ਉੱਤਾਂ ਵੇਖ ਕੇ ਆਦਿਆ, ਰੱਬ ਜਾਣੇ ਤੇਰੀ ਮਾਂ ਤੇਰਾ ਨਾਂ ਕੀ ਰੱਖੇ, ਅੱਜ ਦੇ ਬਾਅਦ ਨਾਂ ਪਈ ਰੱਖਦੀਆਂ 14ਵੀਂ ਦਾ ਚੰਨ ਹੈ, ਰੱਬ ਜਾਣੇ ਮਾਂ ਨੂੰ ਕਿਹੜਾ ਪਿਆਰਾ ਹੋ ਸੀ। ਸਾਰੀਆਂ ਬੀਬੀਆਂ ਕੇ ਹੱਥ ਬੰਨ ਕੇ ਆਦੀਆਂ, ਤੂੰ ਆਖੋ ਰੱਬ ਈਸਾ ਦਾ ਵਾਸਤਾ ਇੱਕ ਦੁਆ ਪਈ ਮੰਗਦੀਆਂ, ਆਮੀਨ ਜ਼ਰੂਰ ਰੱਖਾ, ਜਿਹੜੇ ਮਾਤਮੇ ਬੈਠੇ ਹੋ ਤੂੰ ਰੱਬ ਈਸਾ ਦਾ ਵਾਸਤਾ ਇੱਕ ਦੁਆ ਪਈ ਮੰਗਦੀਆਂ, ਆਮੀਨ ਜ਼ਰੂਰ ਰੱਖਾ। ਸਾਰੀਆਂ ਬੀਬੀਆਂ ਇਰਦ ਗਿਰਦ ਹਾਲਾ ਪਾਏ ਆਦੀਆਂ ਨੂੰ ਮੰਗ ਦੁਆ ਆਦੀਆਂ ਦੁਆ ਇਹੋ ਪਈ ਮੰਗਦੀਆਂ, ਈ ਜਵਾਨ ਦੇ ਮਰਨ ਤੋਂ ਪਹਿਲੇ ਇਹਦੇ ਜਾਵਣ ਵਾਲੀ ਮਾਂ ਮਰ ਗਈ, ਪਾਸੇ ਨਾਲੋਂ ਆਵਾਜ਼ ਆਈ ਮੋਈ ਕੋਈ ਨਾ ਪੁੱਤਰ ਦੇ ਕਾਤਲ। ਅੱਲਾਹ ਅਕਬਰ, ਅੱਲਾਹ ਅਕਬਰ, ਉਹਨੇ ਕਰੋ ਯਾਰ ਉਹਨੇ ਕਰੋ, ਤੂੰ ਸਾਰਾ ਰੋਸੋ ਤਾਂ ਕੌਣ ਹੋਵੇ, ਪੁੱਤਰ ਦੇ ਕਾਤਲਾਂ ਨਾਲ ਸਫਰਾਂ ਦੀ ਕਰੀਨੀ ਆ। ਉਹ ਕਰ ਬਲਾ ਦੀਆਂ ਮਾਵਾਂ ਤੁਹਾਡਾ ਆਪਣਾ ਹੌਸਲਾ, ਸ਼ਾਮ ਦੇ ਕੈਦ ਖਾਨੇ 'ਚ ਮਾਲੀ ਅਕਬਰ ਦੀ ਆਦੀਆਂ ਦੀ ਅਲੀ ਦੀ, ਤੁਹਾਨੂੰ ਪਤਾ ਅੱਲਾਹ ਦੀ ਅਦਾਲਤ ਸਭ ਤੋਂ ਜ਼ਿਆਦਾ ਮੈਂ ਕੋਈ ਕਿਹੜਾ ਦੁੱਖ ਯਾਦ ਆ ਸੀ, ਬਰਜਾਈ ਹੁਸੈਨ ਦੀਆਂ 13 ਜ਼ਰਬਾਂ, ਮੇਰੀ ਸੈਣਾ ਦੀ ਗੱਟ ਇਹ ਵੀ ਨਹੀਂ ਪਰ ਇਸ ਤੋਂ ਵੀ ਜ਼ਿਆਦਾ, ਅੱਬਾਸ ਦੇ ਬਾਜ਼ੂ ਘੱਟ ਇਹ ਵੀ ਨਹੀਂ ਇਸ ਤੋਂ ਵੀ ਜ਼ਿਆਦਾ, ਅਲੀ ਅਸਗਰ ਦਾ ਵਧਨੀ ਥੀਰ ਘੱਟ ਇਹ ਵੀ ਨਹੀਂ ਇਸ ਤੋਂ ਵੀ ਜ਼ਿਆਦਾ, ਸ਼ਾਮੇ ਗਰੀਬਾਂ ਦੇ ਲੁੱਟ ਘੱਟ ਇਹ ਵੀ ਨਹੀਂ ਇਸ ਤੋਂ ਵੀ ਜ਼ਿਆਦਾ, ਬਰਜਾਈ ਵੱਧ ਆਪ ਡਸਾਂ ਜਿਹਨਾਂ ਘਰਾਂ ਤੱਕ ਰੋਣ ਹੈ, ਬਰਜਾਈ ਵੱਧ ਆਪ ਡਸਾਂ ਉਹ ਕਿਹੜਾ ਦੁੱਖ ਹੈ ਜਿਹੜਾ ਅੱਲਾ ਦੀ ਅਦਾਲਤ 'ਚ ਵੀ ਤੈ ਕੋ ਯਾਦ ਆ ਸੀ, ਤਰੋ ਸੀ ਰਾਜ ਰੋਨੀਆਂ ਮਾਲੀ ਅਕਬਰ ਦੀ ਆਦੀ ਦੀ ਅਲੀ ਦੀ ਇਹ ਦੁੱਖ ਰੋਇਆ ਸੀ, ਕਰ ਬਲਾ ਤੂੰ ਗਿਣ ਕੇ ਸ਼ਾਮ ਤੱਕ ਅਲੀ ਅਕਬਰ ਦਾ ਕਾਤਲ ਅਲੀ ਅਕਬਰ ਦੇ ਸਰ ਤਲੇ ਆ ਕੇ ਵੱਧ ਮੇਰੇ ਮਾਂ ਮਲ ਦੋ ਵੇ ਕੇ ਹੱਸਦਾ ਹਾਂ ਹੱਸਦਾ ਹਾਂ ਉਦੋਂ ਨੱਚਦਾ ਹਾਂ ਇਹ ਉਹ ਦੁੱਖ ਹੈ। ਅੱਲਾਹ ਅਕਬਰ, ਅੱਲਾਹ ਅਕਬਰ, ਹਾਏ ਕੀਤੀ ਕਰੋ, ਹਾਏ ਕੀਤੀ ਕਰੋ, ਸਗੀਰਾ ਕਬੀਰਾ ਗੁਨਾਹ ਮਾਫ ਹੁੰਦੇ, ਬਾਣੀਆਂ ਮਜਲੇ ਜ਼ਿੰਮੇਦਾਰੀ ਨਾਲ ਪਿਆਦਾ ਮੁਹੰਮਦ ਅਲੀ ਦੀਆਂ ਧੀਆਂ ਅੱਜ ਤੇਰੀਆਂ ਮਹਿਮਾਨ, ਫੋੜੀ ਵਿਛਾਈਏ ਯਕੀਨਨ ਫੋੜੀ ਦੇ ਵਾਰਿਸ ਮੌਜੂਦ ਹਨ, ਪਿਓ ਅਤੇ ਪੁੱਤਰ ਦਾ ਪਿਆਰ ਇਤਨਾ ਹਾਂ, ਅੱਧ ਰਾਤ ਦੇ ਵੇਲੇ ਉੱਠ ਉੱਠ ਕੇ ਜਾਂ ਤਾਂ ਅੱਜ ਦੀ ਨਮਾਜ਼ ਪੜ੍ਹਿਆ ਜਾਂ ਪੁੱਤਰ ਦੇ ਬੋਸੇ ਗਿਣਿਆ, ਭਲਾ ਹੋਵੇ ਜਦੋਂ ਜਾਣ ਬੁੱਝ ਕੇ ਪਿਓ ਦੇ ਸਰ ਤੋਂ ਪੁੱਤਰ ਦਾ ਸਰ ਜੁਦਾ ਕੀਤਾ ਨੇ ਨਾ, ਅਤੇ ਸੁਬਹ ਹੋਈਏ ਮੇਰੇ ਇਮਾਮ ਦੇ ਸਰ ਵਾਲਾ ਸੰਦੂਕ ਖੋਲੇ ਨੇ, ਸਰ ਨਜ਼ਰ ਨਹੀਂ ਆ ਦਿਨ, ਬਾਕਿਰ ਦਾ ਬਾਬਾ ਕਿੱਥੇ ਤੇਰੇ ਬਾਬੇ ਦਾ ਸਰ, ਨਹੀਂ ਤਾਂ ਅਸਾਂ ਜ਼ੁਲਮ ਕਰ ਸਾਏ ਸਿਪਾਹੀਆਂ ਕੋ ਨਾਲ ਲਏ, ਉਸ ਸੰਦੂਕ ਕੋਲ ਗਿਣ ਜਿਸ ਸੰਦੂਕ ਹੈ ਜਲੀ ਅਕਬਰ ਦਾ ਸਰ ਆ, ਮੇਰੇ ਇਮਾਮ ਵਾਲੇ ਆ ਸੰਦੂਕ ਖੋਲੋ, ਸੰਦੂਕ ਖੋਲੇ ਨੇ ਭਾਵੇਂ ਦੁਸ਼ਮਣ ਨੇ ਅੱਖਾਂ ਵਸ ਪਈਆਂ ਨੇ, ਸੰਦੂਕ ਖੋਲੇ ਨੇ ਅਲੀ ਅਕਬਰ ਦੇ ਮੂੰਹ 'ਤੇ ਹੁਸੈਨ ਦਾ ਮੂੰਹ ਆ, ਆਵਾਜ਼ ਪਜਾਉਂਦੀ ਆਈ ਕਿਨ ਟੁਰ ਗਿਆ ਹਾਵੇ ਹਮ ਸ਼ਕਲ ਮੁਹੰਮਦ ਬਛੜਾ, ਕਿਨ ਟੁਰ ਗਿਆ ਹਾਵੇ ਉਹ ਮੇਰਾ, ਭਲਾ ਹੋਵੇ ਭਲਾ ਹੋਵੇ ਭਲਾ ਹੋਵੇ, ਜਵਾਨੀਆਂ ਵਾਣੇ ਭੈਣਾਂ ਨੂੰ ਨਸੀਬ ਆਵੇਂ, ਸੁਣਿਆ ਹਾਏ ਕੀਤੀ ਆਈ, ਚੜ੍ਹ ਪਿਆ 10ਵੀਂ ਦਾ ਦਿਨ, ਲੁੱਟੀ ਗਈਆਂ ਅਲੀ ਦੀਆਂ ਧੀਆਂ, ਪਹਿਲਾ ਜਵਾਨ ਹੈ ਜਿਹਦੇ ਗੋੜੇ ਦੀ ਵਾਗ ਹੁਸੈਨ ਆਪ ਨੱਪੀ, ਸ਼ਹਾਦਤ ਦਾ ਜੁਮਲਾ ਪੜ੍ਹਦਾ ਤਿਆਰੀ ਨਹੀਂ ਪੜ੍ਹਦਾ, ਤਿਆਰੀ ਦਾ ਇੱਕੋ ਵਹਿਣ ਪੜ੍ਹਦਾ, ਚੁੰਮੀ ਛੇਕੜੀ ਵਾਰੀ ਮਸ ਲਾਹਦੀ ਖੜਾ ਪੁੱਤਰ ਕੋ ਪੱਗ ਬਥਵਾਵੇ, ਸਿਹਰੇ ਦੀ ਜਾ ਤੇ ਅਲੀ ਅਕਬਰ ਦੀ ਖੜਾ ਤਾਤਲ ਹਨਕ ਵਲਾਵੇ, ਇਹੋ ਮੰਜ਼ਰ ਦੇਖ ਕੇ ਸੈਣ ਸਕੀਨਾ ਖੜੀ ਪਿਓ ਕੋ ਯਾਦ ਦਿਵਾਵੇ, ਤੋੜੇ ਹੁਣ ਤਾਂ ਕਹਿ ਕੋ ਭੇਜ ਦੇ ਬਾਬਾ ਜਿਹੜਾ ਸੁਗਰਾ ਕੋ ਘਿਨਾ ਭਲਾ ਹੋਵੇ।
ਭਲਾ ਹੋਵੇ। ਦੁਨੀਆਂ ਦੇ ਕਹਿ ਗਮ 'ਚ ਹਾਏ ਤੇ ਵਹਿਣ ਕਰਕੇ ਨਾ ਰੋਵੇਂ, ਰੋਂਦਾ ਵੱਧਾ ਟੁੱਟਦਾ ਵੱਧਾ। ਨੌਵਾਂ ਧੀਆਂ ਅਲੀ ਦੀਆਂ, ਅਲੀ ਅਕਬਰ ਜੀ ਦੀਆਂ ਵਲਣਾ ਕੋਈ ਨਹੀਂ। ਜਿਸ ਮਾਂ ਨੂੰ ਪਤਾ ਲੱਗ ਵੰਜੇ ਮੇਰਾ ਪੁੱਤਰ ਮਰੀ ਵਣ ਪਿਆ ਵੈਂਦਾ, ਜਿਸ ਬਹਿਣ ਨੂੰ ਪਤਾ ਲੱਗ ਵੰਜੇ ਮੇਰਾ ਬਿਰਾ ਮਰੀ ਵਣ ਪਿਆ ਵੈਂਦਾ, ਕੋਈ ਬੀਬੀਆਂ ਦੇ ਬਰਬਾਦ ਮਦੀਨਾ, ਕੋਈ ਆਦੀ ਵਤਨ ਹੋਵੇ ਆ, ਕੋਈ ਆਦੀ ਬਹਿਣ ਹੋਵੇ ਆ, ਬੀਬੀਆਂ 'ਚ ਮਾਤਮ ਸ਼ੁਰੂ ਹੋਇਆ ਅਲੀ ਅਕਬਰਾ ਦਾ ਉਕਾਬ, ਕੋਈ ਬੀਬੀ ਮਰਨ ਤੋਂ ਪਹਿਲਾਂ ਮਰ ਵੈਸੀ ਸਿੱਧਾ ਮੈਦਾਨ ਵੰਜ ਰੋਕ, ਕੋਈ ਬੀਬੀ ਮਰਨ ਤੋਂ ਪਹਿਲੇ ਮਰ ਵੈਸੀ ਸਿੱਧਾ ਮੈਦਾਨ ਵੰਜ ਰੋਕ। ਉਹ ਮਾਂ ਫਰਮੈਂਦੇ ਨੇ ਖੈਮਾ ਦੇ ਦਰ 'ਤੇ ਅਲੀ ਅਕਬਰ ਦਾ ਘੋੜਾ ਆਇਆ ਰੁਕ ਗਿਆ, ਅਲੀ ਅਕਬਰ ਦਾ ਤਿਰੇ ਲੱਗੀ ਹੈ, ਫੌਜਾਂ ਦਾ ਡਰ ਹੀ ਨਹੀਂ, ਅਲੀ ਅਕਬਰ ਨਾਲ ਤਿਰੇ ਲੱਗੀ ਹੈ, ਨਾ ਕੋਈ ਫੌਜਾਂ ਦਾ ਡਰ ਹੈ, ਰੁਕ ਕਿਉਂ ਗਿਆ? ਉਹ ਕਾਬਾ ਦੇ ਅੱਗੇ ਤੂੰ ਕਿਉਂ ਦੇਰ ਲਾਈ ਆਇਆ? ਆਹਦਾ ਡਾਢਾ ਮਜਬੂਰ ਆ, ਮਾਵਾਂ ਮਿਲਣਾ, ਭੈਣਾਂ ਮਿਲਣਾ, ਘੋੜਾ ਆਉਂਦਾ ਕਿ ਤੂੰ ਮਜਬੂਰ ਆਏ, ਹੁਣ ਮੈਂ ਮਜਬੂਰ ਆ। ਉਹ ਕਿਹੜੀ ਮਜਬੂਰੀ ਬਣ ਗਈ? ਆਹਦਾ ਜ਼ਮੀਨ 'ਤੇ ਨਿਗਾਹ ਕਰ, ਤੇਰੀ 4 ਸਾਲ ਦੀ ਭੈਣ ਹੈ, ਵਹਿਣ ਕਰਕੇ ਆਦੀ ਬੈਠੀ ਆ ਮੇਰੇ ਅਕਬਰ ਦੀ ਪਾਰਾ ਤੋਂ ਵੀ। ਅਲੀ ਅਕਬਰ ਆਦਾ ਕਿਉਂ ਆਈਏ? ਸੁਗਰਾ ਦੇ ਹਿੱਸੇ ਦੇ ਬੋਸ ਨੇ ਬਣਾਈਆ। ਅੱਛਾ ਮੇਰੀ ਭੈਣ, ਮੈਂ ਗੋਲੇ ਤੁਲਾਨਾ, ਮੈਂ ਕੋ ਮੇਲ ਮੋਲ ਟੁਰੋ ਵਾਂ ਦੀਆਂ ਨਹੀਂ। ਅਲੀ ਅਕਬਰ ਬਾਬਾ ਡਾਢਾ ਗਰੀਬ ਹੋ ਗਿਆ, ਚੜਾ ਵਾਲਾ ਰਹਿ ਕੋਈ ਨਹੀਂ ਗਿਆ। ਅੱਛਾ ਮਿਲਣ ਜੋ ਆਈਏ, ਕਿਵੇਂ ਮਿਲ ਸੀ? ਆਦੀ ਮਿੰਨਤ ਲਾ ਰਕਾਬਾ ਚੋ ਪੈਰ ਕੱਢ ਜਾ, ਹਾਏ ਹਾਏ ਪੈਰਾਂ, ਜ਼ਿੰਦਗੀ ਦਰਾਜ ਹੋਵੇ, ਜ਼ਿੰਦਗੀ ਦਰਾਜ ਹੋਵੇ, ਰਕਾਬਾਂ 'ਚੋਂ ਪੈਰ ਕਰ ਜਾ, ਮੈਂ ਤੇਰੇ ਪੈਰਾਂ 'ਤੇ ਸੁਗਰਾ ਦੇ ਹਿੱਸੇ ਦੇ ਬੋਸ ਦਿੰਦੀ ਹਾਂ। ਮਿਲ ਬੈਠੇ ਭੈਣ ਬਿਰਾ, ਅਲੀ ਅਕਬਰਾ ਦਾ ਘੋੜਾ ਨਾ ਮਾਵਾਂ ਰੋਕਣੇ, ਨਾ ਭੈਣਾਂ ਰੋਕਣੇ, ਸਿੱਧਾ ਮੈਦਾਨ ਵੰਜ ਰੋਕ, ਜ਼ਿੰਦਗੀ ਦਰਾਜ ਹੋਵੀ। 17ਵੇਂ ਕਦਮ 'ਤੇ ਅਲੀ ਅਕਬਰ ਦਾ ਘੋੜਾ ਗਿਆ, ਵਾਕਿਆਤ ਤਾਂ ਬੱਚਨ ਵੀ ਯਾਦ, ਹੱਕਲ ਮਾਰ ਕੇ ਸ਼ਹੀਦਾਂ ਦੀ ਦਾਈ ਹੈ ਸਾਡੀ ਸੈਣੇ। ਆਦੀ ਅਲੀ ਅਕਬਰ ਨਾ ਆਦੀ ਬੱਲਾ, ਨਾ ਆਦੀ ਘੋੜੇ ਤੁਲੋ, ਮਿੰਨਤ ਲਾ ਮੈਂ ਲੜਕਨ ਆਦ ਦੱਛੇ ਨਹੀਂ, ਮਨਜ਼ਰ ਆਪ ਦੇਖ, ਦਿਲ ਆਖੀ ਵੱਲੇ, ਦਿਲ ਆਖੇ ਟੁਰੋ। ਅਲੀ ਅਕਬਰ ਦੀਦ ਕੀਤੀ ਫਿਜ਼ਾ ਮੌਤ ਦਾ ਸੰਗਲਾ ਬੱਧੀ ਖੇ, ਲੜਕਨ ਆਦ ਦਚਾਇਆ, ਸੱਜਾਦ ਬਿਮਾਰ ਹੈ, ਇੱਕ ਹੱਥ ਬਾਖਿਰ ਦੇ ਮੋਢੇ 'ਤੇ ਹੈ, ਇੱਕ ਹੱਥ ਚਾ ਸਾ ਹੈ, ਤਿਆਦਾ ਮੈਂ ਕੋ ਬਿਮਾਰ ਸਮਝ ਕਿਨੇ ਫਿਰ ਮਿਲਿਆ। ਅਲੀ ਅਕਬਰ ਇਵੇਂ ਆਇਆ ਜਿਵੇਂ ਜੇਕ ਵਾਲੇ ਪਾਸੇ ਪਾਣੀ ਆ, ਤਾਂ ਦੋਵੇਂ ਫਿਰਾ ਉਸ ਅੰਦਾਜ਼ ਦੇ ਨਾਲ, ਇੱਕ ਬੈ ਕੋ ਗੱਲ ਆਏ, ਮਾਵਾਂ ਛੁੜੇਂਦੀਆਂ ਹੱਥ ਨਹੀਂ ਛੁੱਟਦੇ, ਬਹਿਣਾ ਛੁੜੇਂਦੀਆਂ ਹੱਥ ਨਹੀਂ ਛੁੱਟਦੇ, ਬੀਬੀਆਂ 'ਚ ਮਾਤਮ ਸ਼ੁਰੂ ਹੋਇਆ, ਮੇਰਾ ਇਮਾਮ ਟੁਰਦਾ ਟੁਰਦਾ ਟੁਰਦਾ, ਇੱਕ ਹੱਥ ਅਲੀ ਅਕਬਰ ਦੇ ਸੀਨੇ 'ਤੇ ਰੱਖਿਆ, ਇੱਕ ਹੱਥ ਸਜਾਦ ਦੇ ਸੀਨੇ 'ਤੇ ਰੱਖਿਆ, ਤਾਂ ਵਾਹ ਗੁਰਬਤ ਆ, ਵਾਹ ਗੁਰਬਤ ਆ, ਸਜਾਦ ਇੱਥੇ ਹੀ ਮਰ ਗਿਓ ਫੁੱਫੀਆਂ ਨਾਲ, ਸ਼ਾਮ ਦੀਆਂ ਦਰਬਾਰਾਂ 'ਚ ਕੌਣ ਵੈਸੀ ਆ, ਇੱਥੇ ਹੀ ਮਰ ਗਿਓ, ਭਲਾ ਹੋਈ ਭਲਾ ਹੋਈ ਭਲਾ ਹੋਈ, ਇੱਥੇ ਹੀ ਮਰ ਗਿਓ, ਬਾਬਾ ਡਾਢਾ ਗਰੀਬ ਹੋ ਗਿਆ ਨੇ, ਇੰਤਜ਼ਾਰ ਖਤਮ ਭਾਈ, ਸੋਹਣੀ ਜੰਗ ਵਧਾ ਕਰਿੰਦਾ ਹਾਂ, ਸ਼ਾਮੀ ਇੱਕ ਬੈ ਦੋ ਡੇਕ ਕਿਆ ਦੇ, ਇਵੇਂ ਨਹੀਂ ਲਾਂਦਾ ਅਲੀ ਦਾ ਖੂਨ, ਇਹ ਹਾਸ਼ਮੀ ਜਦਾਂ ਹੀ ਮਰੀਂਦੇ ਧੋਖੇ ਨਾਲ ਮਰੀਂਦੇ, ਧੋਖਾ ਦਿਓ ਹੁਸੈਨ ਦੇ ਪੁੱਤਰ ਨੂੰ, ਇੱਕ ਕਮੀਨਾ ਕਰੀਬ ਆ ਕਹਿੰਦਾ ਤੂੰ ਜੰਗ ਵਧਾ ਲੜਦਾ, ਜ਼ੈਨਬ ਦੇ ਖੈਮਾ ਨੂੰ ਭਾਲ ਆ, ਹਾਏ ਜ਼ਰੂਰ ਕਰੇ ਸੋ ਬਈ, ਸਗੀਰਾ ਕਬੀਰਾ ਗੁਨਾਹ ਮਾਫ ਹੁੰਦਾ, ਤੂੰ ਜੰਗ ਵਧਾ ਲੜਦਾ, ਜ਼ੈਨਬ ਦੇ ਖੈਮਾ ਕੋ ਭਾਲ ਆ ਗਈ। ਅਲੀ ਅਕਬਰ ਖੈਮਾ ਦੀ ਉਦੀਦ ਕੀਤੀ, ਹੱਕਲ ਮਾਰ ਕੇ ਆਦਾ, ਹਾਏ ਅੰਮਾ ਜ਼ੈਨਬ, ਜ਼ਾਲਿਮ ਜ਼ੁਲਮ ਦੀ ਬਰਛੀ ਮਾਰੀਏ, ਹਮ ਸ਼ਕਲ ਮੁਹੰਮਦ ਜ਼ੀਨ, ਤੂੰ ਜ਼ਮੀਨ ਤੇ ਆਇਆ, ਹੱਕਲ ਮਾਰ ਕੇ ਆਦਾ, ਬਾਬਾ ਅੰਮਾ ਲਹਦਾ ਪਿਆ, ਮੇਰਾ ਇਮਾਮ ਆਦਾ ਅਲੀ ਅਕਬਰ ਬਛੜਾ, ਮੈਂ ਆਂਦਾ ਪਿਆ, ਹੁਣ ਮੰਜ਼ਰ ਨਾ ਚੁੱਕੇ ਕਈ ਵਾਰੀ ਜਾਣੇ ਤੇ ਕਈ ਵਾਰੀ ਆ ਅਲੀ ਕਰਕੇ ਉੱਠੇ, ਕੇ ਗੁਰਬਤ ਸੁਣਾ ਵਾ ਅਕਬਰ ਦੇ ਬਾਬੇ ਦੀ, ਪੁੱਤਰ ਦੇ ਕਾਤਲਾ ਤੂੰ ਪੁੱਛਦਾ ਵਾ ਦੇ, ਕੈਂ ਡਿੱਠਾ ਹੋਵੇ ਮੇਡੇ ਅਕਬਰ ਕੋ ਮਸਜਿਦ ਅਕਸਾ, ਤੂੰ ਲਹਾਂਦਾ ਇੰਜ ਨਾਹੀ ਲਹਾਣਾ, ਜਿਵੇਂ ਉਮਤ ਲਹਾਇਆ ਮੇਰਾ ਰਾਜ ਤੂੰ ਵਾਪਸ ਆਂਦਾ, ਆਧਾ ਵਧ ਮੈਂ ਮਰਕਜ਼ ਹਾਂ। ਅੱਲਾਹ ਅਕਬਰ, ਡਬਲ ਆਵਾਜ਼ ਬੰਦ ਕਰੇ ਤੋ, ਜ਼ਿੰਦਗੀ ਦਰਾਜ਼ ਹੋਵੇ, ਜ਼ਿੰਦਗੀ ਦਰਾਜ਼ ਹੋਵੇ, ਕਈ ਵਾਰੀ ਜਣੇ ਪੁੱਤਰਾਂ ਦੀ ਜ਼ਿੰਦਗੀ ਹੋਵੇ, ਕਈ ਵਾਰੀ ਜਣੇ ਤੇ ਕਈ ਵਾਰੀ ਆ ਅਲੀ ਕਰਕੇ ਉੱਠੇ, ਖੈਮਾ ਦੇ ਦਰ ਤੇ ਮਾਂ ਅਲੀ ਅਕਬਰ ਦੀ, ਸਰਦਾਰ ਕੋ ਜਾਣਦਾ ਦਿੱਠੇ ਵਤ, ਯਾ ਅਲੀ ਕਰਕੇ ਉੱਠਦਾ ਦਿੱਠੇ, ਰੋਂਦੀ ਖੜੀਏ ਤੇ ਆਦੀ ਖੜੀਏ, ਭਾਵੇਂ ਔਖਾ ਲੱਥ ਹੈ ਪਰ ਬੋਲ ਅਕਬਰ ਪਿਓ, ਰੁਲ ਗਈ ਵਿੱਚ ਸਹਾਰਾ ਦੇ ਨਹੀਂ ਟੁਰ ਸੰਗਦਾ, ਜਾਣ ਜਾਣ ਪਾਉਂਦਾ ਇਸ ਹੱਥ ਵਿੱਚ ਖਤ। ਅਲਹਮਦੁਲਿਲਾ, ਡਬਲ ਆਵਾਜ਼ ਬੰਦ ਕਰੋ, ਅਲਹਮਦੁਲਿਲਾ ਅਲਹਮਦੁਲਿਲਾ, ਸੱਜੇ ਪਾਸੇ ਆਵਾਜ਼ ਆਈ, ਬਾਬਾ ਸੱਜੇ ਗਰੀਬ ਦੇ ਇੱਥੇ ਡੇਰੇ ਲੱਗੇ ਹੋਏ, ਮੇਰਾ ਇਮਾਮ ਬਾਂਦਾ ਬਾਂਦਾ, ਬਿਸਮਿਲ੍ਲਾ, ਪੁੱਤਰਾਂ ਦੀ ਜ਼ਿੰਦਗੀ ਹੋਵੇ, ਮੇਰੀ ਤਾਂ ਨੌਕਰੀ ਹੈ, ਅੱਗਾਂ ਪੜ੍ਹਾਉਣ ਦੀ ਕਿਹੜੀ ਜ਼ਰੂਰਤ ਹੈ, ਮੇਰੀ ਸੈਣਾ ਦੀ ਘੜੀ ਹੈ, ਭਾਵੇਂ ਔਖਾ ਲੱਥ ਹੈ
ਪਰ ਬੋਲ ਅਕਬਰ ਪਿਓ ਰੁਲ ਗਈ ਵਿੱਚ ਸਹਾਰਾ ਦੇ ਨਹੀਂ ਟੁਰ ਸੰਗਦਾ ਜਾਣ ਜਾਣ ਪਾਉਂਦੇ ਇਸ ਹੱਥ ਵਿੱਚ ਖਤ ਸੁਗਰਾਤ ਜਵਾਨੀਆਂ ਮਾਣੇ ਸੱਜੇ ਪਾਸਿਓ ਆਵਾਜ਼ ਆਈ ਬਾਬਾ ਸੱਜਦੇ ਗਰੀਬ ਦੇ ਇੱਥੇ ਡੇਰੇ ਲੱਗੇ ਹੋਏ ਬਾਂਦਾ ਬਾਂਦਾ ਮੇਰਾ ਇਮਾਮ ਪੁੱਤਰ ਕੋਲ ਇਵੇਂ ਬਹਿ ਗਿਆ ਜਿਵੇਂ ਨਮਾਜ਼ੀ ਤਸ਼ਹੁਦ ਚ ਬਾਂਦਾ ਹੈ ਰੋਂਦਾ ਬੈਠਾ ਤੇ ਆਦਾ ਬੈਠਾ ਬਹੁ ਔਖਾ ਆਇਆ ਓ ਲਾਸ਼ ਤੜੀ ਤੇ ਮੜ ਅਕਬਰ ਪੁੱਤਾ ਰਜਵਾਨੇ ਉੱਠੀ ਡੇਕ ਤਾਂ ਸਹੀ ਵੋ ਮੇਰੀ ਪੱਗ ਜਾਣ ਗਈ ਏ ਮੜ ਲਾਜ਼ੇ ਦਾ ਮਹਿਮਾਨ ਮੜ ਨਾਲ ਅਲਾ ਅੱਲਾਹੁ ਅਕਬਰ ਅੱਲਾਹ ਕਰਬਲਾ ਦਾ ਮਰਦਰ ਬਣਾ ਦਿੱਤੇ ਜ਼ਿੰਦਗੀ ਨਾਰਾਜ਼ ਹੋਵੇ ਜ਼ਿੰਦਗੀ ਨਾਰਾਜ਼ ਹੋਵੇ ਆਦਾ ਮੈਂ ਭੈਣਾਂ ਨਾਲ ਵਾਦ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਛਾ ਇਹੋ ਜਿਹੀਆਂ ਮਰਸੀ ਕਦੀ ਕਦੀ ਹੁੰਦੀਆਂ ਹੋ ਸਕਦਾ ਜ਼ਿੰਦਗੀ ਦੀ ਆਖਰੀ ਮਜਲਿਸ ਹੋਵੇ ਮੇਰੇ ਬਾਈਆਂ ਖਲੂਸ ਨਾਲ ਸਫੇ ਮਾਤਮ ਮਜ਼ਲੂਮ ਕਰਬਲਾ ਵਿਛਾਈ ਮੇਰਾ ਇਮਾਮ ਆਦਾ ਮੈਂ ਬਹਿਣਾਂ ਨਾਲ ਵਾਅਦਾ ਕਰਾਇਆ ਕੁਝ ਕੋਸ਼ਿਸ਼ ਤੂੰ ਕਰ ਕੁਝ ਮੈਂ ਕਰੇ ਨਾ ਬੁੱਢੜਾ ਪਿਓ ਹੈ ਜਵਾਨ ਪੁੱਤਰ ਹੁਸੈਨ ਦੇ ਮੋਢੇ ਤੇ ਅਲੀ ਅਕਬਰ ਦਾ ਸਰ ਮੰਦਾ ਨਾ ਚੁੱਕੇ ਮੂੰਹ ਹੁਸੈਨਾਂ ਦਾ ਚੁੰਮਦਾ ਹੈ ਪੈਰ ਜ਼ਮੀਨਾਂ ਦੀ ਚੁੰਮਦੀ ਹੈ ਟੁਰਦਾ ਵਧੈ ਰੋਂਦਾ ਵਧੈ ਆਦਾ ਵਧੈ ਬੋਲੇਂਦਾ ਆਵੇਂ ਬਾਬਾ ਡਾਡਾ ਗਰੀਬ ਹੋ ਗਈ ਹੁਣ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਬੈਠੇ ਹੋ ਸਵਾਲ ਕਰੇ ਨਾ ਜਵਾਬ ਜ਼ਰੂਰ ਦੱਸੋ ਜ਼ਿੰਦਗੀ ਦਰਾਜ਼ੋਂ ਵੀ ਬੁੱਢਾ ਪਿਓ ਹੈ ਜਵਾਨ ਪੁੱਤਰ ਖੈਮਾਂ ਦੇ ਦਹ ਕਦਮ ਦੂਰਾ ਅਲੀ ਅਕਬਰ ਦਾ ਜ਼ਾਰ ਹੁਸੈਨ ਦੇ ਮੋਢੇ ਤੋਂ ਲਾਹਣ ਲੱਗ ਗਈ ਹੈ ਖੈਮਾਂ ਦੇ ਪੰਜ ਕਦਮ ਨੇੜੇ ਆਏ ਅਲੀ ਅਕਬਰ ਦੀ ਆਵਾਜ਼ ਆਈ ਹੈ ਬਾਬਾ ਮੇਰਾ ਆਖਰੀ ਸਲਾਮ ਹੋਵੇ ਅੱਜਾਂ ਵੀ ਪੁੱਛਦਾ ਸ਼ੀਆ ਰੋਂਦੇ ਨੇ ਦੁਨੀਆਂ ਦਾ ਦਸਤੂਰ ਕਹਿ ਬੁੱਢੜੇ ਪਿਓ ਦਾ ਜਵਾਨ ਪੁੱਤਰ ਮਾਰ ਵੰਜੇ ਲੋਕ ਬਾਜ਼ੂ ਨਾ ਪੀ ਵਧੇ ਆਉਂਦੇ ਨੇ ਆਦੇ ਨਾ ਛੁੜਾਏ ਟੱਕਰਾ ਮਾਰ 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 ਵੈਸੀ ਮਿੰਬਰ ਦੀ ਕਸਮ ਹੈ ਨਾ ਕੋਈ ਪਕੜਾ ਨਾ ਲਾ ਨਾ ਕੋਈ ਤਸਲੀਆਂ ਦੇਵਣ ਵਾਲਾ ਰੋਂਦਾ ਬੈਠਾ ਤੇ ਆਦਾ ਬੈਠਾ ਜਿੰਨਾ ਮਿਲਣਾ ਹੈ ਜੀ ਅੱਲਾਹੁ ਅਕਬਰ ਹੁਣ ਰੋਂਦੇ ਹੋ ਹੁਣ ਰੋਂਦੇ ਹੋ ਜ਼ਿੰਦਗੀ ਤਾਂ ਰਾਤ ਹੋਵੇ ਉਹ ਜਿੰਨਾ ਮਿਲਣਾ ਹੈ ਜੀ ਦੇ ਅਲੀ ਅਕਬਰ ਕੋ ਜਲਦੀ ਦੇ ਰਨ ਲਾਵੋ ਹੁਣ ਨਹੀਂ ਬਚਦਾ ਮਾਡਾ ਦਾੜੀ ਲਾਹਦਾ ਇੰਦੀ ਤਾ ਤੁਲਹਨਾ ਕਵਲਾਵੋ ਮੇਰੀਆਂ ਤਰੇਵੇ ਭੈਣਾਂ ਸੁਬਹਾਨ ਅੱਲਾ ਇੱਕ ਨੋਹੇ ਵਾਸਤੇ ਇਤਨੀ ਮਿਹਨਤ ਕਰ ਆਇਆ ਮੁਹਰਮ ਤੋਂ ਇਲਾਵਾ ਇਹਨੋ ਵਾ ਕਦੀ ਨਹੀਂ ਪੜਿਆ ਪਰ ਹੋ ਸਕਦਾ ਜ਼ਿੰਦਗੀ ਦੀ ਆਖਰੀ ਮਜਲਿਸ ਹੋਵੇ ਮਜਲਿਸ ਚ ਮਾਤਮੀ ਬੈਠੇ ਹੋ ਇੱਕ ਗੱਲ ਨਾਲ ਮਾਤਮ ਜ਼ਰੂਰ ਕਰੇ ਸੋ ਪੁੱਤਰ ਕੋ ਖੈਮੇ ਗਿਣਾ ਆ ਕੋਈ ਬੀਬੀ ਆਦੇ ਬਰਬਾਦ ਮਦੀਨ ਕੋਈ ਆਦੇ ਵਤਨ ਹੋ ਵੀ ਆ ਕੋਈ ਆਦੇ ਭੈਣ ਹੋ ਵੀ ਆ ਮੇਰਾ ਇਮਾਮ ਪੁੱਤਰ ਕੋਲ ਬਹਿ ਕੇ ਰੋਂਦਾ ਬੈਠਾ ਅੱਖਾਂ ਵਸਦੀਆਂ ਪਈਆਂ ਦਾੜੀ ਹੰਝੂਆਂ ਨਾਲ ਪੁੱਸ ਗਈ ਹੈ ਮਾਂ ਅਲੀ ਅਕਬਰ ਦੀ ਸਰਦਾਰ ਕੋ ਰੋਂਦਾ ਜਿੱਥੇ ਗਰੀਬ ਆ ਕੇ ਬਹਿ ਗਈ ਨੋਵਾ ਸੁਣਾਵਾਂ ਮਾਤਮੀਆਂ ਰੋਂਦੀ ਬੈਠੀਏ ਤੇ ਆਦੀ ਬੈਠੀਏ ਲਹਰਾ ਦਾ ਜਾਇਆ ਅੱਲਾ ਵਸਾਇਆ ਅਕਬਰ ਦੇ ਸੀਨੇ ਤੋਂ ਜ਼ਰਾ ਹੱਥ ਅੱਲਾ ਅਕਬਰ ਅੱਲਾਹ ਅਕਬਰ ਭਲਾ ਹੋਵੇ ਮਾਂ ਪਿਓ ਨੂੰ ਨਸੀਬ ਹੋਵੋ ਕਦਮ ਮਿਟ ਸਕਦੀ ਹੈ ਕੌਮ ਜਿਸ ਕੌਮ ਦੇ ਬੱਚਿਆਂ ਦੀ ਇਹ ਹਾਲਤ ਹੋਵੇ ਰੋਂਦੀ ਬੈਠੀਏ ਤੇ ਆਦੀ ਬੈਠੀਏ ਲਹਰਾ ਦਜਾਇਆ ਅੱਲਾ ਵਸਾਇਆ ਅਕਬਰ ਦੇ ਸੀਨੇ ਤੋਂ ਜ਼ਰਾ ਹੱਥ ਹਟਾ ਚਾ ਅਕਬਰ ਦੀ ਮਾਂ ਆਦੀ ਮੈਂ ਹਮਲੇ ਸਾਂ ਤੂੰ ਬਰਛੀ ਕੱਢ ਗਏ ਨਾ ਅੱਲਾ ਅਕਬਰ ਕਿਵੇਂ ਕਰੇ ਸੋ ਬਰਦਾਸ਼ ਕਿਵੇਂ ਕਰੇ ਸੋ ਬਰਦਾਸ਼ ਹੁਸੈਨ ਦੀ ਜ਼ਖਮੀ ਕੰਨਾਂ ਵਾਲੀ ਧੀ ਸਕੀਨਾ ਰੋਂਦੀ ਵਧੀਏ ਤੇ ਆਦੀ ਵਧੀਏ ਅੰਮਾ ਕਾਲੇ ਕੱਪੜੇ ਮੈਂ ਕੋ ਪਵਾਉ ਚਾ ਮੈਡ ਵੀਰ ਮਰ ਗਏ ਮੈਡ ਦੌਰ ਲਾਹ ਸੁਬਹਾਨ ਅੱਲਾ ਜ਼ਿੰਦਗੀ ਦਰਾਜ਼ ਹੋਵੇ ਮਾਤਮੀਆਂ ਦੀ ਅਜ਼ਾਦਾਰਾਂ ਦੀ ਬਸ ਮੈਂਬਰ ਪਿਆ ਛੁੜੇ ਨਾ ਸੋਹਣੀ ਹੋ ਗਈ ਮੁਗਾਲ ਬਿਸਮਿਲ੍ਲਾ ਬਜ਼ੁਰਗ ਫਰਮਾਉਂਦੇ ਭੈਣ ਅਕਬਰ ਦੀ ਭੈਣ ਕੋਈ ਹੋਰ ਵਹਿਣ ਕੀਤਾ ਜਾਂ ਕੋਈ ਨਾ ਇਵੇਂ ਚੱਗਰ ਖਾਦਾ ਜਿਵੇਂ ਹਾਜੀ ਕਾਬੇ ਦਾ ਤਵਾਫ ਕਰੇਂਦਾ ਹੁਸੈਨ ਦੀ ਜ਼ਖਮੀ ਕੰਨਾਂ ਵਾਲੀ ਧੀ ਸਕੀਨਾ ਰੂੰਦੀ ਵਧੀਏ ਤੇ ਆਦੀ ਵਧੀਏ ਵੰਜੇ ਕੋਈ ਮਦੀਨੇ
ਸੋਗਰਾ ਕੋ ਆਖੇ ਤੁਹਾਡਾ ਵੀਰ ਮਰ ਗਏ। ਅੱਲਾ ਅਕਬਰ, ਅੱਲਾ ਥੱਕ ਗਏ ਹੋ, ਥੱਕ ਗਏ ਹੋ ਜਾਂ ਬੜਾ ਮਾ ਸਾਹਿਬ ਜ਼ਿੰਦਗੀ ਦਰਾਜ਼ ਹੋਵੇ, ਜ਼ਿੰਦਗੀ ਦਰਾਜ਼ ਹੋਵੇ। ਅੱਛਾ ਜੋ ਰੋਵਣ ਤੇ ਦਿਲ ਬਣ ਗਈ ਆਈ, ਇਹੋ ਜਿਹੀਆਂ ਮੈਸੀ ਕਦੀ ਕਦੀ ਹੁੰਦੀਆਂ। ਬਜ਼ੁਰਗਾਂ ਹੁਕਮ ਦਿੱਤਾ ਹੈ ਜੋ ਅਕਬਰ ਦੀ ਦੂਈ ਭੈਣ ਕੋਈ ਨੂੰ ਆਪੜੇ ਜਾਂ ਕੋਈ ਨਾ, ਰੋਂਦੇ ਖੜੀਏ ਤੇ ਆਦੀ ਖੜੀਏ ਇੱਕ ਵਾਰੀ ਅੱਖੀਆਂ ਬਾਲ ਆਏ ਪਰਦੇਸੀ ਵੀਰ ਹਾਏ ਹਾਏ ਘਰ ਭੈਣ ਦੇ ਨਾਲ ਕੋਈ। ਅੱਲਾਹ ਅਕਬਰ, ਅੱਲਾਹ ਅਕਬਰ। ਜ਼ਿੰਦਗੀ ਦਰਾਜ਼ ਹੋਵੇ, ਮਾਂ ਪਿਓ ਨੂੰ ਨਸੀਬ ਹੋਵੇ, ਅਕਬਰ ਦੀ ਭੈਣ ਰੁਣੀ ਹੈ, ਉੱਚਾ ਵੈਣ ਕਰਕੇ ਆਦੀਏ ਉਹ ਦਿਲ ਸਿੱਖਦਾ ਵੀਰੋਂ ਸਹਰੇ ਪਾਇਆ ਅਲਬ ਦੇ ਪਾਸੇ ਸੋਹਣੀ ਜੰਝ ਚੜਾਇਆ ਉਹਦੀ ਸੁਗਰਾਬ ਹੈ। ਇੰਜ ਨਹੀਂ ਯਾਰ, ਇੰਜ ਨਹੀਂ, ਜਿਹੜੇ ਭੈਣਾਂ ਦੇ ਫਿਰਾ ਬੈਠੇ ਹੋ, ਜਿਹੜੇ ਭੈਣਾਂ ਦੇ ਫਿਰਾ ਬੈਠੇ ਹੋ, ਅੱਲਾ ਨਾ ਕਰੇ ਕਹਿ ਭੈਣ ਦਾ ਕੁਆਰਾ ਫਿਰਾ ਮੇਰੇ ਵੱਲ ਮੰਜੇ, ਅੱਲਾ ਨਾ ਕਰੇ ਕਹਿ ਭੈਣ ਦਾ ਕੁਆਰਾ ਫਿਰਾ ਮੇਰੇ ਮੰਜੇ, ਤਕਦੀਰ ਦਾ ਫਰ ਲੱਗੇ ਮਰ ਵੰਜੇ। ਵੱਧ ਕੇ ਕਰੀਂਦੀ ਹੈ ਪੱਲੂ ਹੀ ਬਣਦੀ ਹੈ ਜ਼ਿੰਦਗੀ ਦਰਾਜ਼ ਹੋਵੀ, ਪੱਲੂ ਹੀ ਬਣਦੀ ਹੈ, ਗਾਣੇ ਹੀ ਬਣਦੀ ਹੈ, ਸਿਹਰੇ ਹੀ ਪੈਂਦੀ ਹੈ। ਆਪਣੀਆਂ ਮਾਵਾਂ ਅਤੇ ਭੈਣਾਂ ਦੇ ਹਿੱਸੇ ਦਾ ਵੈਣ ਪਿਆ ਫੜਦਾ, ਕੁਰਬਾਨ ਵਜਾ ਅਕਬਰ ਦੀ ਭੈਣ ਤੇਰੀ ਗੁਰਬਤ ਹੋ ਆਦੀ ਹੈ ਵੀਰ ਜਿਨ੍ਹਾਂ ਦੇ ਓ ਸਫਰੀ ਮਰਦੇ ਯਾਦ ਨਹੀਂ ਰਹਿੰਦੇ ਉਹਨਾਂ ਭੈਣਾਂ ਨੂੰ ਪਰਦੇ ਵਹਿੰਦੇ ਖੁੱਲ ਭੈਣ। ਅੱਲਾਹ ਅਕਬਰ।